पंजाब में कर्फ्यू लगा हुआ है, लेकिन अपराध की घटनाएं कम नहीं हो रही। नाभा इलाके के अंदर कल दो कत्ल हुए। नाभा के गांव साधोहेड़ी के दो दोस्त आपस में गहरे दोस्त थे, लेकिन पता नहीं दोनों में क्या तकरार हुई कि एक नौजवान ने अपने दोस्त जफरदीन को गोली मार दी, जिससे उसकी मौत हो गई। दूसरी घटना नाभा के गांव छीटावाला में पति पत्नी के बीच आपसी तकरार हुआ, जिसमें पति ने गुस्से में आकर अपनी पत्नी के सिर में कुल्हाड़ी मारी और वह गंभीर जख्मी हो गई, जिससे उसकी मौत हो गई। दोनों मामलों में सदर पुलिस ने हत्या का मामला दर्ज करके जांच शुरू कर दी है। मामला ये सीगा, वो मुंडा ये नाल रहिंदा सी, हर टाइम वो ही रिवालवर सीगा। असी दोनों बाप बेटी सडाण लगे, उन्हें धक्के सही करके मतलब कि गोली मार के भज्जिया। हाँ जी, और रिवालवर लैके भज्जिया जी, वह रिवालवर से तां लैके भज्जिया जी, उन्होंने खतरा नहीं सी, कातों भज्जिया। तुहाडे बेटे दा दोस्त? हाँ, पहला दोस्त सी, नाल रहिंदा सीगा। ਉਹਦਾ ਆਮ ਤੌਰ ਤਾਂ ਅਸੀਂ ਕਾਕਾ ਜਾਣਦੇ ਹਾਂ ਜੀ, ਮਾਂ ਬਾਪਾਂ ਦਾ ਕੁਝ ਹੋਰ ਰੱਖਿਆ ਹੋਇਆ, ਸਾਨੂੰ ਪਤਾ ਨਹੀਂ। ਤੁਹਾਡੇ ਬੇਟੇ ਦਾ ਕੀ ਨਾਂ ਸੀ? ਜਾਫਰਦੀਨ। ਉਹ ਤਕੜੇ ਤੁਕੜੇ ਤਾਂ ਕਾਨੂੰਨ ਹੈ ਜੀ, ਉਹ ਗੱਡੀ ਗੁੱਡੀ ਬਾਹਰ ਚਲਾਉਂਦਾ ਮੁੰਡਾ, ਗੱਡੀ ਤੋਂ ਬਾਹਰੋਂ ਆਇਆ ਹੋਇਆ ਸੀਗਾ, ਜਿੱਦਣ ਦਾ ਆਇਆ ਮੇਰੇ ਮੁੰਡੇ ਦੇ ਪਿੱਛੇ ਰਹਿੰਦਾ ਸੀ। ਨਸ਼ੇ ਪੂਰੇ ਕਰਦੇ ਨੇ ਫੁੱਲ। ਮੰਗ ਕੀ ਕਰਦੇ ਜੀ, ਜੇ ਮਤਲਬ ਕਿ ਇਹੀ ਕੰਮ ਰਿਹਾ ਤਾਂ ਕੱਲ੍ਹ ਨੂੰ ਸਾਨੂੰ ਉੱਥੇ ਖਤਰਾ, ਜਦੋਂ ਰਿਵਾਲਵਰ ਲੈ ਕੇ ਭੱਜਿਆ ਤੁਹਾਨੂੰ ਵੀ ਮਾਰ ਸਕਦਾ, ਸਾਨੂੰ ਵੀ ਮਾਰ ਸਕਦਾ ਕੱਲ੍ਹ ਨੂੰ। ਪਹਿਲਾਂ ਹੋਇਆ ਜੀ ਸਾਧੂਹੇੜੀ ਵਿਖੇ ਜੀ ਮਰਡਰ, ਜਿਹ 'ਚ ਜਾਫਰਦੀਨ ਉਰਫ ਮੰਨਾ ਇਹਦਾ ਕਤਲ ਹੋਇਆ ਜੀ, ਅਤੇ ਇਹਦਾ ਕਤਲ ਤਜਿੰਦਰ ਸਿੰਘ ਨੇ ਕੀਤਾ ਉਰਫ ਕਾਕਾ ਸਿੰਘ, ਇਹ ਵੀ ਸੇਮ ਪਿੰਡ ਦਾ ਰਹਿਣ ਵਾਲਾ, ਇਹ ਮਿੱਤਰ ਸੀ। ਅੱਜ ਸਵੇਰੇ ਇਹਨੂੰ ਦੂਜੇ ਕੀ ਕਹਿੰਦੇ ਤਜਿੰਦਰ ਨੇ ਕੀ ਕਹਿੰਦੇ ਜਾਫਰਦੀਨ ਨੂੰ ਗੋਲੀ ਮਾਰਤੀ। ਕੀ ਰਜਿਸਟਰੀ ਜੀ, ਕੀ ਕਰਨ? ਉਹ ਚੈੱਕ ਕੀਤਾ ਜਾ ਰਿਹਾ ਜੀ, ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ, ਵੀ ਇਨਵੈਸਟੀਗੇਟਿੰਗ ਦੀ ਮੈਟਰ, ਅਤੇ ਕੀ ਕਹਿੰਦੇ ਸੀ ਬਿਆਨ ਲਿਖ ਕੇ ਅਸੀਂ ਪਰਚਾ ਦਰਜ ਕਰ ਰਹੇ ਹਾਂ। ਦੋਸਤ ਸੀਗੇ ਜੀ, ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਵਜ੍ਹਾ ਰੰਜਿਸ਼ ਹੈ ਕੀ। ਕੋਈ ਨਸ਼ਾ ਕੀਤਾ ਪਹਿਲਾਂ ਇਹਨਾਂ ਨੇ ਕੋਈ? ਨਹੀਂ, ਉਹ ਤਾਂ ਹਲੇ ਗੱਲ ਸਾਹਮਣੇ ਨਹੀਂ ਆਈ। ਦੂਸਰਾ ਛੀਟਾਂ ਵਾਲੇ ਮਰਡਰ ਹੋਇਆ ਜੀ, ਰਾਣੀ ਦਾ ਪਤਨੀ ਬੱਲੂ ਦਾ, ਇਹਨਾਂ ਦਾ ਬੱਲੂ ਵੱਲੋਂ ਰਾਣੀ ਦੇ ਕੀ ਕਹਿੰਦੇ ਸਿਰ ਦੇ ਵਿੱਚ ਇੱਕ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਹਦੀ ਮੌਕੇ 'ਤੇ ਮੌਤ ਹੋ ਗਈ ਹੈ ਜੀ। ਇਹਨਾਂ ਦਾ ਕੋਈ ਪੁਰਾਣਾ ਕੀ ਕਹਿੰਦੇ ਡਿਸਪਿਊਟ ਆਪਸ 'ਚ ਚੱਲਦਾ ਸੀ, ਅੱਜ ਸਵੇਰੇ ਇਹਨਾਂ ਦੀ ਬਹਿਸ ਤੋਂ ਬਾਅਦ ਇਹਨਾਂ ਨੇ ਕੀ ਕਹਿੰਦੇ ਬੱਲੂ ਨੇ ਤੇ ਹਮਲਾ ਕੀਤਾ, ਅਤੇ ਉਹ ਤੋਂ ਬਾਅਦ ਸਿਰ ਦੇ ਵਿੱਚ ਕੁਛ ਮਾਰਿਆ, ਜਿਹਨਾਂ ਦੀ ਮੌਤ ਹੋ ਗਈ। ਰਿਸ਼ਤੇ ਵਿੱਚ ਕੀ ਲੱਗਦੇ? ਪਤੀ ਪਤਨੀ ਸੀਗੇ ਜੀ। ਅੱਛਾ ਜੀ। ਡੈਡ ਬੋਡੀ ਘਰ ਦੇ ਬਾਹਰੋਂ ਕਿਤੋਂ ਮਿਲੀ? ਹਾਂਜੀ ਜੀ, ਉਹਦਾ ਵੀ ਅਸੀਂ ਬਿਆਨ ਲਿਖ ਕੇ ਪਰਚਾ ਦਰਜ ਕਰ ਰਹੇ ਹਾਂ। ਮੌਕੇ ਤੇ ਫੜੇ ਗਏ ਨੇ ਦੋਹੇ ਜੀ? ਵੀ ਆਰ ਇਨਵੈਸਟੀਗੇਟਿੰਗ ਮੈਟਰ ਐਂਡ ਟ੍ਰਾਈਂਗ ਟੂ ਟ੍ਰੇਸ ਦੈਮ। ਠੀਕ ਹੈ ਜੀ, ਕੀ ਕਾਰਵਾਈ ਕੀ ਹੋ ਰਹੀ ਹੈ ਜੀ? 302 ਦੇ ਪਰਚੇ ਦਰਜ ਹੋਣਗੇ ਜੀ ਦੋਨਾਂ ਦੇ। ਨਾਭਾ ਸੇ ਬਿਊਰੋ ਰਿਪੋਰਟ, ਸਮਾਣਾ ਨਿਊਜ਼।